ਬਿਜਲੀ ਦੇ ਖੰਭੇ ਤੋਂ ਇੱਕ 7 ਸਾਲ ਦੇ ਬੱਚੇ ਨੂੰ ਕਰੰਟ ਲੱਗਿਆ। ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਤਾਰਾਂ ਦੇ ਜੋੜ ਨੰਗੇ ਸੀ ਜਿਸ ਕਾਰਨ ਇਸ ਬੱਚੇ ਦੀ ਮੌਤ ਹੋਈ ਹੈ। ਦੱਸ ਦਈਏ ਕਿ ਰਾਤ ਦੇ ਹਨੇਰੇ ਨੂੰ ਦੂਰ ਕਰਨ ਦੇ ਲਈ ਖੰਭਿਆਂ ਤੇ ਲਾਈਟਾਂ ਲੱਗੀਆਂ ਹੋਈਆਂ ਸੀ। ਇਹ ਬੱਚੇ ਗਲੀ ਦੇ ਵਿੱਚ ਖੇਡਦੇ ਸੀ। ਇੱਕ ਮਾਸੂਮ ਬੱਚੇ ਨੇ ਖੰਭੇ ਨੂੰ ਹੱਥ ਲਾ ਲਿਆ। ਤਾਰਾਂ ਦੇ ਜੋੜ ਨੰਗੇ ਸੀ ਜਿਸ ਕਰਕੇ ਕਰੰਟ ਨੇ ਬੱਚੇ ਨੂੰ ਆਪਣੇ ਵੱਲ ਖਿੱਚ ਲਿਆ। ਮੌਕੇ ਤੇ ਹੀ ਉਸ ਦੀ ਦਰਦਨਾਕ ਮੌਤ ਹੋ ਗਈ। ਬੇਹੱਦ ਗਰੀਬ ਪਰਿਵਾਰ ਦਾ ਇਹ ਬੱਚਾ ਸੀ। ਤਾਹਾਂ ਮਾਰ ਮਾਰ ਕੇ ਸਾਰਾ ਪਰਿਵਾਰ ਰੋ ਰਿਹਾ। ਮਾਨਸਾ ਦੀਆਂ ਇਹ ਤਸਵੀਰਾਂ ਨੇ। ਬਿਜਲੀ ਦੇ ਖੰਭੇ ਤੇ ਲੱਗੀਆਂ ਤਾਰਾਂ ਦੇ ਜੋੜ ਨੰਗੇ ਸੀ ਜੋ ਇਸ ਬੱਚੇ ਦੀ ਮੌਤ ਦਾ ਕਾਰਨ ਬਣੇ। ਪਰੰਤੂ ਇਸ ਦੁੱਖ ਦੀ ਘੜੀ ਦੇ ਵਿੱਚ ਨਾ ਤਾਂ ਕੋਈ ਸਿਆਸੀ ਬੰਦਾ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਦੇ ਘਰ ਪੁੱਜਿਆ। ਤਾਂ ਹੁਣ ਪੀੜਤ ਪਰਿਵਾਰ ਦੇ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਔਰ ਨਗਰ ਕੌਂਸਲ ਦੀ ਇੱਥੇ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕਿਉਂਕਿ ਤਾਰਾਂ ਦੇ ਜੋੜ ਨੰਗੇ ਸੀ। ਉਹਨਾਂ ਨੂੰ ਸਹੀ ਕਰਨਾ ਨਗਰ ਕੌਂਸਲ ਦੀ ਜ਼ਿੰਮੇਵਾਰੀ ਸੀ ਔਰ ਬੱਚੇ ਰੋਜ਼ਾਨਾ ਦੀ ਤਰ੍ਹਾਂ ਗਲੀ ਦੇ ਵਿੱਚ ਖੇਡਦੇ ਨੇ। ਖੇਡਦੇ ਖੇਡਦੇ ਇੱਕ 7 ਸਾਲ ਦੇ ਮਾਸੂਮ ਦੀ ਮੌਤ ਹੋ ਗਈ ਕਿਉਂਕਿ ਉਹ ਖੰਭੇ ਦੇ ਨਾਲ ਜਾ ਕੇ ਖੜਾ ਹੋ ਗਿਆ। ਖੰਭੇ ਦੇ ਨਾਲ ਉਸਦਾ ਹੱਥ ਲੱਗ ਪਿਆ, ਥਾਂ ਉਸਦੀ ਜਾਨ ਨਿਕਲ ਗਈ। ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਸਾਰਾ ਰਟੀਨ ਦੇ ਵਿੱਚ ਹੀ ਤੇ ਬੱਚੇ ਖੇਡਦੇ ਸੀ, ਛੋਟੇ ਛੋਟੇ ਸਾਰੇ ਹੀ ਇਹ, ਤੇ ਅਚਾਨਕ ਪਤਾ ਨਹੀਂ ਕੀ ਹੋਇਆ। ਕੱਲ ਹੈ ਤਾਂ ਸਾਰੀ ਮਿਊਨਸੀਪੈਲਿਟੀ ਕਮੇਟੀ ਦੀ ਗਲਤੀ ਹੈ। ਦੇਖੋ ਪ੍ਰੋਪਰ ਸਾਰੇ ਜੋੜ ਲੱਗੇ ਪਏ ਨੇ, ਹੁਣ ਵੀ ਆਪਾਂ ਸਾਰਾ ਰੋਡ ਦੇਖ ਸਕਦੇ ਹਾਂ। ਉਹਨਾਂ ਦੀ ਸ਼ਰੇਆਮ ਗਲਤੀ ਹੈ। ਬੱਚੇ ਖੇਡਦੇ ਘੁੰਮਦੇ ਫਿਰਦੇ ਸੀਗੇ, ਉਹ ਕਿਤੇ ਬੱਚਾ ਖੰਭੇ ਕੋਲ ਜਾ ਕੇ ਖੜ ਗਿਆ। ਹਰ ਰੋਜ਼ ਹੀ ਬੱਚੇ ਤੇ ਖੇਡਦੇ ਸੀ, ਸੁਬਾਹ ਸ਼ਾਮ ਵਧੀਆ। ਮੈਂ ਵੀ ਮੇਰੀ ਟੀਮ ਦੇ ਵਿੱਚ ਇਹਦੇ ਬੱਚਿਆਂ ਨੂੰ ਮਿਲ ਕੇ ਜਾਂਦਾ ਸੀਗਾ ਕਿਉਂਕਿ ਮੇਰਾ ਇੱਥੋਂ ਦਾ ਜੰਮਪਾਲਾ ਵਾਰਡ ਦਾ। ਅਤੇ ਕੱਲ੍ਹ ਸ਼ਾਮ ਨੂੰ ਬੱਚੇ ਖੇਡਦੇ ਫਿਰਦੇ ਸੀਗੇ 7 ਵਜੇ, ਅਤੇ ਉਹ ਬੱਚੇ ਖੇਡਦੇ ਖੇਡਦੇ ਕਿਤੇ ਖੰਭੇ ਕੋਲ ਜਾ ਕੇ ਖੜ ਗਏ, ਅਤੇ ਉਹ ਜਦੋਂ ਬੱਚੇ ਨੇ ਹੱਥ ਲਾਇਆ ਤਾਂ ਖੰਭੇ ਨੇ ਨਾਲ ਹੀ ਖਿੱਚ ਲਈ ਉਹਨੂੰ। ਅਤੇ ਐਂ ਮੰਨ ਕੇ ਚੱਲੋ ਵੀ ਉਹ ਜਿੰਨਾ ਚਿਰ ਬੱਚੇ ਦੀ ਜਾਨ ਨਹੀਂ ਨਿਕਲੀ, ਖੰਭੇ ਨੇ ਉਹਦਾ ਬਿਜਲੀ ਨੇ ਖੜ੍ਹ ਨਹੀਂ ਛੱਡਿਆ ਜੀ। ਅਸੀਂ ਤਾਂ ਹੁਣ ਸਰਕਾਰ ਨੂੰ ਇਹੀ ਗਹਾਰ ਲਾਉਂਦੇ, ਦੇਖੋ ਆਪਾਂ ਕਿਸੇ ਦੀ ਜਾਨ ਨਹੀਂ ਬਚਾ ਸਕਦੇ, ਨਾ ਆਪਾਂ ਉਹਨੂੰ ਬੱਚੇ ਨੂੰ ਵਾਪਸ ਲਿਆ ਸਕਦੇ ਹਾਂ। ਵੀ ਚਲੋ ਗਰੀਬ ਪਰਿਵਾਰ ਹੈ, ਮਾਤਾ ਵੀ ਇਹਦੀ ਬਿਮਾਰ ਰਹਿੰਦੀ ਹੈ ਕਾਫੀ ਲੰਬੇ ਸਮੇਂ ਤੋਂ, ਉਹਨੂੰ ਵੀ ਬਿਮਾਰ ਚੱਲ ਰਹੇ ਨੇ। ਗਰੀਬ ਪਰਿਵਾਰ ਆ ਵੀ ਉਹਨਾਂ ਦੀ ਆਰਥਿਕ ਤੌਰ 'ਤੇ ਵੀ ਸਮਰੱਥਾ ਬਹੁਤ ਮੰਦੀ ਹੈ ਜੀ। ਵੀ ਸਰਕਾਰ ਨੂੰ ਕਹਿੰਦੇ ਉਹਦੀ ਵੱਧ ਤੋਂ ਵੱਧ ਹੈਲਪ ਕਰਕੇ ਜਿੰਨੀ ਵੀ ਹੋ ਸਕਦੀ ਹੈ, ਵੀ ਉਹ ਆਪਦਾ ਇੱਕ ਮਤਲਬ ਚੰਗਾ ਜੀਵਨ ਬਤੀਤ ਕਰ ਸਕਣ ਅਤੇ ਆਪਦਾ ਬੁਢੇਪਾ ਸਾਂਭ ਸਕਣ ਜੀ। ਕਿੰਨੀ ਉਮਰ ਸੀ ਬੱਚੇ ਦੀ? ਬੱਚੇ ਦੀ 6 ਸਾਲ ਦੀ ਉਮਰ ਸੀ ਸਰ, ਕੁਛ ਵੀ ਨਹੀਂ ਸੀ ਬੱਚਾ ਜੀ। ਇਹ ਕੱਲ ਜੋ ਘਟਨਾ ਵਾਪਰੀ ਹੈ ਜੀ, ਇਹ ਨਗਰ ਕੌਂਸਲ ਦੇ ਮਤਲਬ ਕਿ ਲਾਈਟ ਆ ਜਿਹੜੀ ਚੱਲ ਰਹੀ ਨਗਰ ਕੌਂਸਲ ਦੇ ਦਾਇਰੇ ਦੇ ਵਿੱਚ ਆਉਂਦੀ ਹੈ। ਕਮੇਟੀ ਦੇ ਖੰਭੇ ਨੇ ਇਹ ਨਗਰ ਕੌਂਸਲ ਦੇ, ਇਹਨਾਂ ਦੇ ਜਿੰਨੇ ਵੀ ਨੇ ਖੰਭੇ ਲੱਗੇ ਹੋਏ ਸਾਰਿਆਂ ਦੇ ਢੱਕਣ ਖੁੱਲ੍ਹੇ ਆ, ਜੋੜ ਨੰਗੇ ਹੈ। ਕੱਲ੍ਹ ਬੱਚੇ ਕਿਤੇ ਖੇਡਦੇ ਖੇਡਦੇ ਖੰਭੇ ਦੇ ਕੋਲ ਚਲੇ ਗਏ ਅਤੇ ਉਹ ਖੰਭੇ ਦੇ ਨਾਲ ਜਦੋਂ ਹੱਥ ਕਿਤੇ ਲੱਗ ਗਿਆ, ਉਹ ਖੰਭੇ ਨੇ ਬੱਚਾ ਖਿੱਚ ਲਿਆ ਜੀ। ਜਿੰਨਾ ਚਿਰ ਮਤਲਬ ਉਹਦੀ ਮੌਤ ਨਹੀਂ ਹੋਈ, ਉਨਾ ਚਿਰ ਬੱਚੇ ਨੂੰ ਉਹਨੇ ਲਾਈਟ ਨੇ ਨਹੀਂ ਛੱਡਿਆ। ਬਾਕੀ ਰਹਿ ਗਈ ਗੱਲ, ਜਿਵੇਂ ਕਿ ਸਰਕਾਰਾਂ ਦਾਅਵੇ ਕਰਦੀਆਂ ਵੀ ਅਸੀਂ ਗਰੀਬ ਪਰਿਵਾਰਾਂ ਨੂੰ ਅੱਗੇ ਵੱਧ ਕੇ ਮਤਲਬ ਕਿ ਸਹਾਰਾ ਲਾਉਂਦੇ ਹਾਂ, ਵੀ ਜਿਵੇਂ ਕਿ ਇੱਕ ਸ਼ੁਭ ਕਰਮ ਸੀਗਾ ਉਹਦਾ ਸਰਕਾਰ ਨਾਲ ਹੀ ਮਤਲਬ ਟੱਕਰ ਸੀ, ਸਰਕਾਰ ਨਾਲ ਲੜਾਈ ਲੜਦੇ ਹੋਇਆ ਉਹ ਮਰ ਗਿਆ, ਉਹਨਾਂ ਨੂੰ 1 ਕਰੋੜ ਰੁਪਈਆ ਤਾਂ ਨਗਦ ਦਿੱਤਾ ਗਿਆ ਜੀ, 1 ਪਰਿਵਾਰ ਨੂੰ ਨੌਕਰੀ ਦਿੱਤੀ ਗਈ। ਅਸੀਂ ਵੀ ਇਹ ਮੰਗ ਕਰਦੇ ਹਾਂ ਵੀ ਇਹ ਗਰੀਬ ਪਰਿਵਾਰ ਹੈ, ਗਰੀਬ ਪਰਿਵਾਰ ਨੂੰ
ਜਿਹੜੀ ਸਰਕਾਰੀ ਮਤਲਬ ਕੋਈ ਵੀ ਸਹੂਲਤ ਹੈ ਵੱਧ ਤੋਂ ਵੱਧ ਵੱਧ ਚੜ੍ਹ ਕੇ ਸਰਕਾਰ ਮੂਹਰੇ ਇਹੀ ਅਸੀਂ ਬੇਨਤੀ ਕਰ ਸਕਦੇ ਹਾਂ ਵੀ ਇਹਨਾਂ ਦੀ ਮਤਲਬ ਪੂਰੀ ਉਹ ਮਦਦ ਕਰਨੀ ਚਾਹੀਦੀ ਹੈ। ਬਾਕੀ ਜਿੰਨੀ ਵੀ ਹੈ ਜੇ ਕੋਈ ਸਰਕਾਰ ਸਾਡੀ ਨਾ ਵੀ ਸੁਣੂਗੀ ਹੋ ਸਕਦਾ ਅਸੀਂ ਨਗਰ ਕੌਂਸਲ ਦੇ ਉੱਤੇ ਪਰਚਾ ਦਰਜ ਕਰਾਈਏ। ਕਿੰਨੀ ਉਮਰ ਸੀਗੀ ਬੱਚੇ ਦੀ ਅਤੇ ਕਿਹੋ ਜਿਹਾ ਪਰਿਵਾਰ ਦੇ ਹਾਲਾਤ ਕੀ? ਪਰਿਵਾਰ ਦੇ ਬਹੁਤ ਹੀ ਮੰਦੇ ਜ਼ਿਆਦੇ ਹਾਲ ਨੇ ਜੀ। ਜਿਹੜੀ ਬੱਚੇ ਦੀ ਮਾਂ ਹੈ ਉਹ ਕਾਫੀ ਸਮੇਂ ਤੋਂ ਮਤਲਬ ਕਿ ਬਿਮਾਰ ਹੈ ਅਤੇ ਦੋ ਹੀ ਬੱਚੇ ਨੇ, ਇੱਕ ਕੁੜੀ ਅਤੇ ਇੱਕ ਮੁੰਡਾ। ਬੱਚੇ ਦੀ ਉਮਰ ਸੀਗੀ ਲਗਭਗ 7 ਸਾਲ ਅਤੇ 5-6 ਸਾਲਾਂ ਬਾਅਦ ਪਹਿਲਾ ਬੱਚਾ ਮਸਾਂ ਹੋਇਆ ਸੀ ਇਹ।